ਬਾਣੀ ਦੇ ਅਰਥ ਬੋਧਕ ਤਲ ਦੇ ਉੱਪਰ ਮੰਥਨ ਕਰਕੇ ਹੋ ਜਾਂਦੇ ਨੇ, ਪਰ ਜਿਹੜੇ ਅਰਥ ਕਰਨੇ ਆ ਇਸ ਜੀਵਨ ਨੂੰ ਕੇਵਲ ਉਹ ਜਿੰਦਾ ਜਿਹਦੇ ਉੱਪਰ ਮਾਲਕ ਦੀ ਰਹਿਮਤ ਹੋਵੇ। ਅਰਥ ਕਰਨੇ, ਵਿਚਾਰ ਕਰਨੀ, ਭੈ ਕਿਸੇ ਨੂੰ ਦੇਣਾ ਨਾ ਤੇ ਭੈ ਕਿਸੇ ਤੋਂ ਲੈਣਾ ਨਾ। ਕਈ ਵਾਰੀ ਆਦਮੀ ਵਕਤੀ ਤੌਰ ਤੇ ਪਤਾ ਜਿਸ ਬੰਦੇ ਕੋਲ ਤਾਕਤ ਨਹੀਂ ਮੇਰਾ ਮੁਕਾਬਲਾ ਕਰ ਸਕੇ ਉਹਦੇ ਸਾਹਮਣੇ ਖਲੋ ਕੇ ਕਹਿ ਦਿੰਦਾ ਮੈਨੂੰ ਕਿਸੇ ਦਾ ਭੈ ਨਹੀਂ, ਤੇ ਤਾਕਤ ਵਾਲੇ ਦੇ ਸਾਹਮਣੇ ਕਈ ਵਾਰੀ ਝੁੱਕ ਜਾਂਦਾ। ਪਰ ਗਿਆਨੀ ਪੁਰਸ਼ ਦਾ ਜੀਵਨ ਇਹ ਵੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇੱਕ ਤਾਂ ਉਹ ਨਿਰਭਉ ਵੇ, ਦੂਸਰਾ ਉਹ ਨਿਰਵੈਰ ਹੈ। ਨਿਰਭਉ ਵੀ ਪਰਮਾਤਮਾ ਦਾ ਗੁਣ ਹੈ ਤੇ ਨਿਰਵੈਰ ਵੀ ਪਰਮਾਤਮਾ ਦਾ ਗੁਣ ਹੈ। ਜਿਹੜਾ ਨਿਰਭਉ ਹੈ ਉਹ ਕਿਸੇ ਦੇ ਭੈ ਨੂੰ ਸਵੀਕਾਰਦਾ ਨਹੀਂ ਤੇ ਜਿਹੜਾ ਨਿਰਵੈਰ ਹੈ ਉਹ ਕਿਸੇ ਨੂੰ ਭੈ ਦਿੰਦਾ ਨਹੀਂ। ਵੈਰ ਕਰਨ ਵਾਲਾ ਹੀ ਭੈ ਦਿੰਦਾ, ਡਰਾਵੇ ਦਿੰਦਾ, ਤੇ ਜਿਹਦੇ ਅੰਦਰ ਵੈਰ ਨਹੀਂ ਉਹ ਕਿਸੇ ਨੂੰ ਭੈ ਕੀ ਦੇਗਾ। ਹਜ਼ੂਰ ਦੇ ਬਚਨ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਬਖਾਣੂ ਨੇ। ਇੱਥੇ ਇੱਕ ਅਰਜ਼ ਹੈ, ਸਾਡੀ ਨਜ਼ਰੀਏ ਵਿੱਚ ਗਿਆਨੀ ਦੀ ਪਰਿਭਾਸ਼ਾ ਅਸੀਂ ਕਰਨੇ ਆ, ਮੈਨੂੰ ਬਖਸ਼ ਦਿਆ ਜੇ। ਸਾਡਾ ਬਾਣ ਹੈ, ਸਾਡੇ ਨਾਲ ਸ਼ਬਦ ਜੁੜ ਜਾਂਦਾ ਹੈ ਗਿਆਨੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ, ਕਥਾ ਕੀਤੀ, ਵਿਚਾਰ ਕੀਤੀ, ਕੋਰਸ ਕੀਤਾ, ਸ਼ਬਦ ਆ ਗਿਆ ਗਿਆਨੀ। ਇਹ ਠੀਕ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕੇਵਲ ਇਸ ਬਾਹਰਮੁਖੀ ਗਿਆਨ ਨੂੰ ਨਹੀਂ ਸਵੀਕਾਰ ਕੀਤਾ। ਮਹਾਰਾਜ ਜੀ ਨੇ ਤੇ ਬਾਣੀ ਵਿੱਚ ਕਿਹਾ ਗਿਆਨੀ ਗੁਰਬਿਨ ਭਗਤ ਨਾ ਹੋਏ, ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਪੰਡਿਆ ਕਵਨ ਕੁਮਾ ਤੁਮ ਲਾਗੇ ਬੂਡੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਉਹਨੇ ਕਿਹਾ ਮੇਰੇ ਕੋਲ ਗਿਆਨ, ਮੇਰੇ ਕੋਲ ਵੇਦ, ਮੇਰੇ ਕੋਲ ਪੁਰਾਣ, ਮੇਰੇ ਕੋਲ ਸ਼ਾਸਤਰ। ਮਹਾਰਾਜ ਜੀ ਨੇ ਕਿਹਾ ਵੇਦ ਪੁਰਾਣ ਪੜੇ ਕਾ ਕਿਆ ਗੁਣ, ਤੇਰੇ ਕੋਲ ਅਖਰੀ ਗਿਆਨ ਹੈ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ। ਗੁਰੂ ਜੀ ਦੀ ਬਾਣੀ ਵਿੱਚੋਂ ਗਿਆਨ ਇੱਕ ਅਵਸਥਾ ਦਾ ਨਾਮ ਹੈ, ਗਿਆਨ ਕੇਵਲ ਬੋਧਕ ਤਲ ਦੀ ਚਰਚਾ ਦਾ ਨਾਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗਿਆਨ ਉਹ ਅਵਸਥਾ ਹੈ ਜਿੱਥੇ ਭਰਮ ਦੂਰ ਚਲਾ ਜਾਂਦਾ ਹੈ, ਗਿਆਨ ਉਹ ਅਵਸਥਾ ਹੈ ਜਿੱਥੇ ਮਾਇਆ ਦੀ ਪਕੜ ਮੁੱਕ ਜਾਂਦੀ ਏ, ਗਿਆਨ ਉਹ ਅਵਸਥਾ ਹੈ ਜਿੱਥੇ ਅੰਦਰ ਦੀ ਦੁਬਦਾ ਖਤਮ ਹੋ ਜਾਂਦੀ ਏ, ਗਿਆਨ ਉਹ ਅਵਸਥਾ ਹੈ ਜਿੱਥੇ ਅੰਦਰ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਏ। ਹਜ਼ੂਰ ਕਹਿੰਦੇ ਨੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਏ ਉਹ ਇਸ ਤਰ੍ਹਾਂ ਬੰਦਾ ਚਮਕਣ ਲੱਗ ਪੈਂਦਾ ਜਿਵੇਂ ਮੀਂਹ ਪੈਣ ਤੋਂ ਬਾਅਦ ਸੂਰਜ ਨਿਕਲੇ ਤੇ ਰੁੱਖਾਂ ਦੇ ਪੱਤੇ ਚਮਕਦੇ ਨੇ। ਗਿਆਨ ਦੀ ਹਨੇਰੀ ਬੰਦੇ ਦੇ ਅੰਦਰ ਨੂੰ ਚਮਕਾ ਦਿੰਦੀ ਹੈ, ਆਤਮਕ ਗਿਆਨ। ਉਹ ਗਿਆਨ ਦਾ ਜ਼ਿਕਰ ਕਬੀਰ ਸਾਹਿਬ ਜੀ ਨੇ ਪਵਿੱਤਰ ਬਚਨਾਂ ਵਿੱਚ ਕੀਤਾ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਨਿਰਭਉ ਤੇ ਨਿਰਵੈਰ ਤਾਂ ਜੇ ਇਸ ਚੀਜ਼ ਨੂੰ ਕਮਾਇਆ ਹੈ। ਜਿਹੜਾ ਬੰਦਾ ਤ੍ਰਿਸ਼ਨਾਲੂ ਵੇ, ਖਿਮਾ ਕਰੋ, ਉਹ ਕਦੀ ਨਿਰਭਉ ਹੋ ਸਕਦਾ? ਜਿਹਦਾ ਅੰਦਰ ਦੁਬਦਾ ਵਿੱਚ ਗ੍ਰਸਿਆ ਉਹ ਕਦੀ ਨਿਰਵੈਰ ਹੋ ਸਕਦਾ? ਜਿਹਦੇ ਅੰਦਰ ਦਾ ਦੁਚਿੱਤਾਪਨ ਹੀ ਮੁੱਕਿਆ ਨਹੀਂ ਉਹ ਬੰਦਾ ਕਿਵੇਂ ਨਿਰਭਉ ਤੇ ਨਿਰਵੈਰ ਹੈ? ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭ ਉਡਾਨੀ ਭ੍ਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਦੋ ਚਿੱਤੇ ਕੀ ਦੋ ਥੂਨ ਗਿਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਛਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਛੈ ਜੋ ਜਲ ਵਰਖੈ, ਤੈ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਜਦੋਂ ਅੰਦਰ ਰੁਖਾਨੀਅਤ ਦਾ ਪ੍ਰਕਾਸ਼ ਸੂਰਜ ਚੜਿਆ, ਭਰਮ ਚਲਾ ਗਿਆ, ਦੁਬਦਾ ਚਲੀ ਗਈ, ਤ੍ਰਿਸ਼ਨਾ ਚਲੀ ਗਈ, ਦੁਚਿੱਤਾਪਨ ਚਲਾ ਗਿਆ, ਉਹ ਜਿਹੜਾ ਨਿਰਮਲ ਗਿਆਨ ਅੰਦਰ ਪ੍ਰਕਾਸ਼ਿਤ ਹੋਇਆ ਉਸ ਨੂੰ ਆਪਾਂ ਅਨੁਭਵ ਕਹਾਂਗੇ। ਗੁਰੂ ਜੀ ਨੇ ਇਸੇ ਗਿਆਨੀ ਦੀ ਵਿਆਖਿਆ ਕਰਦਿਆਂ ਬਾਣੀ ਚ ਦੋ ਤੁਕਾਂ ਹੋਰ ਕਹਿਦਿਆਂ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗੈ ਪ੍ਰਵਾਨ। ਪਰ ਇੱਥੇ ਇੱਕ ਅਰਜ਼ ਕਰਦਿਆਂ, ਜੇ ਗਿਆਨ ਦੇ ਅੱਖਰ ਨੇ ਚਰਚਾ ਕੋਈ ਮਾੜੀ ਗੱਲ ਨਹੀਂ, ਮਹਾਰਾਜ ਕਹਿੰਦੇ ਨੇ, ਪਰ ਆਪਣੇ ਆਤਮਕ ਜੀਵਨ ਵਿੱਚ ਉਹਨੂੰ ਜੀ। ਭਾਈ ਵੀਰ ਸਿੰਘ ਉਹਨਾਂ ਦੀਆਂ 4 ਸਤਰਾਂ, ਜੇ ਕੇਵਲ ਬਾਹਰਮੁਖੀ ਗਿਆਨੀ, ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਤਾਂ ਗਿਆਨ ਦੀ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਕਿ ਜਿੱਥੇ ਨਿਰਭੈਤਾ ਤੇ ਨਿਰਵੈਰਤਾ ਆ ਗਈ, ਨਾ ਕਿਸੇ ਦਾ ਭੈ ਮੰਨਣਾ
ਤੇ ਨਾ ਕਿਸੇ ਬੰਦੇ ਨੂੰ ਭੈ ਦੇਣਾ। ਭਾਈ ਸਾਹਿਬ ਦੇ ਚਾਰ ਕੁ ਸਤਰਾਂ ਨੇ ਉਹ ਕਹਿੰਦੇ ਨੇ ਕਈ ਵਾਰੀ ਬੋਧਕ ਤਲ ਤੇ ਇਕੱਠਾ ਕੀਤਾ ਹੋਇਆ ਗਿਆਨ ਜਦੋਂ ਕੋਈ ਚਰਚਾ ਬਣ ਜਾਂਦਾ ਤੇ ਅੰਦਰ ਦੇ ਰਸ ਲੋਕਾਂ ਦੇ ਸੁੱਕ ਜਾਂਦੇ। ਉਹਨਾਂ ਦੀਆਂ ਸਤਰਾਂ ਨੇ ਕਿ ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਉਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਸ ਦੇ ਗਿਆਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਅੰਦਰ ਜ਼ਿਹਨ ਵਿੱਚ ਨਹੀਂ, ਉਹ ਚੇਤੇ ਵਿੱਚ ਨਹੀਂ, ਉਹਦਾ ਸਿਮਰਨ ਨਹੀਂ, ਉਸ ਦਾ ਅੰਦਰ ਵਿਰਧ ਨਹੀਂ। ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਇਸ ਗਿਆਨ ਨੂੰ ਕਿਹਾ ਗੁਰੂ ਗਿਆਨ ਨਹੀਂ, ਤੇਰੀ ਕੁਚਰਚਾ ਦਾ ਗਿਆਨ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਗਿਆਨੀ ਉਹ ਜਿਹੜੇ ਅੰਦਰ ਰੂਹਾਨੀਅਤ ਦਾ ਪ੍ਰਕਾਸ਼ ਹੈ, ਨਾ ਡਰਦਾ ਨਾ ਡਰਾਉਂਦਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕਿਹਾ ਸੱਚਾਈ ਇਹ ਵੇ ਦਿੱਲੀ ਦੀ ਧਰਤੀ ਤੇ ਹਜ਼ੂਰ ਨੇ ਉਹ ਕੁਝ ਕਰਕੇ ਸੰਸਾਰ ਦੇ ਸਾਹਮਣੇ, ਇਉਂ ਕਹਿ ਲਓ ਕਿ ਗਿਆਨੀ ਦੀ ਵਿਆਖਿਆ, ਗਿਆਨੀ ਦੇ ਅਰਥ, ਗਿਆਨੀ ਦੀ ਕਥਾ ਚਾਂਦਨੀ ਚੌਂਕ ਵਿੱਚ ਪਈ ਹੈ ਕਿ ਗਿਆਨਵਾਨ ਕਿਸ ਨੂੰ ਕਹਿੰਦੇ। ਹਜ਼ੂਰ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਮ ਪੀਤਾ ਹੈ, ਭੈ ਨੂੰ ਸਵੀਕਾਰਿਆ ਨਹੀਂ ਤੇ ਪਿਆਰਿਓ ਕਿਸੇ ਨੂੰ ਡਰਾਇਆ ਵੀ ਨਹੀਂ। ਮੈਨੂੰ ਬੜੀ ਸੋਹਣੀ ਗੱਲ ਸਰਦਾਰ ਰਾਮ ਨਰੈਣ ਸਿੰਘ ਜੀ ਦਰਦੀ, ਥੋੜਾ ਜਿਹਾ ਮੈਂ ਬਾਹਰ ਮੁਖੀ ਹੋਇਆ ਆਉਣਾ ਸ਼ਬਦ ਦੀ ਵਿਚਾਰ ਵਿੱਚ, ਮੈਨੂੰ ਬਖਸ਼ਿਓ ਤਾਂ ਕਿਉਂਕਿ ਅੱਜ ਹਜ਼ੂਰ ਦਾ ਸ਼ਹਾਦਤ ਦਿਨ ਵੀ ਮਨਾ ਰਹੇ। ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਗਏ, ਲਾਲਾ ਦੌਲਤ ਰਾਏ ਦੇ ਸ਼ਬਦ ਸਨ, ਆਜ ਤੱਕ ਯੇ ਤੋ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯੇ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਵਹਾ ਦੀ, ਮਕਤੂਲ ਕਾਤਲ ਦੇ ਦਰਵਾਜ਼ੇ ਤੇ ਜਾ ਰਿਹਾ ਹੈ। ਉਹਨਾਂ ਦੇ ਖਿਆਲ ਸਨ ਦਰਦੀ ਸਾਹਿਬ ਦੇ, ਉਹਨਾਂ ਨੇ ਬੜੇ ਸੋਹਣੀ ਗੱਲ ਕਹੀ, ਕਹਿਣ ਲੱਗੇ ਹਜ਼ੂਰ ਦੇ ਚਰਨਾਂ ਵਿੱਚ ਜਦੋਂ ਫਰਿਆਦ ਕੀਤੀ ਗਈ ਕਿ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ, ਬਾਂਹ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ, ਉਸ ਕਵੀ ਦੇ ਖਿਆਲ ਨੇ ਕਹਿਆ ਪਾਤਸ਼ਾਹ ਬੱਚਿਓ ਘਰੀ ਜਾਵੋ, ਕਹਿਆ ਪਾਤਸ਼ਾਹ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਆ ਤਾਂ ਹੀ ਤਿਰੰਗਾ ਝੂਲ ਰਿਹਾ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਿਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭੈ ਦਿੱਤਾ ਨਹੀਂ, ਭੈ ਲਿਆ ਨਹੀਂ। ਚੌਥਾ ਇੱਕ ਬਚਨ ਸੀ ਕਿ ਇੱਕ ਤਾਂ ਰੱਬ ਦੇ ਬਲ ਤੇ ਅਤੁੱਟ ਵਿਸ਼ਵਾਸ, ਪਰਮਾਤਮਾ ਉਹ ਕੁਛ ਕਰ ਸਕਦਾ ਜੋ ਕੁਝ ਬੰਦਾ ਸੋਚ ਤੋਂ ਪਰੇ ਹੈ ਇਨਸਾਨ ਦੀ ਤੋਂ। ਦੂਜੀ ਗੱਲ, ਪਰਮਾਤਮਾ ਜਿਹਨੂੰ ਆਤਮਕ ਗਿਆਨ ਦਿੰਦਾ ਉਹ ਨਿਰਭਉ ਤੇ ਨਿਰਵੈਰ ਹੈ। ਤੇ ਤੀਸਰਾ ਬਚਨ ਸੀ ਜਿਹੜਾ ਨਿਰਭਉ ਤੇ ਨਿਰਵੈਰ ਹੋ ਜਾਏ ਮੌਤ ਉਹਦੇ ਲਈ ਕੋਈ ਚਿੰਤਾ ਨਹੀਂ। ਉਸ ਵਾਸਤੇ ਚਿੰਤਾ ਇਹ ਵੇ ਕਿ ਜਾਣ ਤੋਂ ਪਹਿਲਾਂ ਕਿਤੇ ਇਮਾਨ ਨਾ ਚਲਾ ਜਾਏ। ਆਮ ਤੌਰ ਤੇ ਪੜ੍ਹਦੇ ਨੇ ਸ਼ਬਦ, ਹੁਣ ਵੀ ਭਾਈ ਸਾਹਿਬ ਪੜ੍ਹ ਕੇ ਗਏ ਹਜ਼ੂਰ ਦੀ ਰਚਨਾ ਵਿੱਚੋਂ ਕਿ ਧਰਮ ਹੇਤ ਸਾਕਾ ਜਿਨ ਕੀਆ ਸ਼ੀਸ ਦੀਆ ਪਰ ਸਿਰ ਨਾ ਦੀਆ। ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਜਾਨ ਹੈ ਤੇ ਜਹਾਨ ਹੈ, ਇਹਦਾ ਮਤਲਬ ਜਿੰਦ ਬਚਾ ਲਓ ਤੇ ਤਾਂ ਹੀ ਸੰਸਾਰ ਏ, ਪਰ ਗੁਰਮਤ ਕਹਿੰਦੀ ਹੈ ਬਿਲਕੁਲ ਝੂਠ, ਇਮਾਨ ਹੈ ਤੇ ਜਹਾਨ ਹੈ, ਇਮਾਨ ਹੈ ਤੇ ਜਾਨ ਹੈ। ਜੇ ਇਮਾਨ ਹੀ ਰਹਿਣਾ ਤੇ ਫਿਰ ਜਾਨ ਨੂੰ ਰੱਖ ਕੇ ਕੀ ਕਰਨਾ। ਧਰਮ ਪਹਿਲਾਂ ਹੈ, ਇਮਾਨ ਪਹਿਲਾਂ ਹੈ। ਸਤਿਗੁਰੂ ਜੀ ਨੇ ਕਿਹਾ ਚਿੰਤਾ ਮੌਤ ਦੀ ਨਹੀਂ, ਚਿੰਤਾ ਇਸ ਚੀਜ਼ ਦੀ ਹੋਣੀ ਚਾਹੀਦੀ ਹੈ ਪਰਮਾਤਮਾ ਕਿ ਮੌਤ ਤੋਂ ਪਹਿਲਾਂ ਤੇ ਮੌਤ ਵੇਲੇ ਕਿਤੇ ਅੰਦਰ ਥਿੜਕ ਨਾ ਜਾਏ। ਸਾਹਿਬ ਜੀ ਨੇ ਫੁਰਮਾਇਆ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ
थिर नहीं कोई, हर कोई।